ਮਲਾਈ ਕੱਢੀ ਉਹਦੇ ਚੋਂ ਫਰਿੱਜ ਚੋਂ ਕਾਫੀ ਦਿਨਾਂ ਨੇ ਜਮ੍ਹਾਂ ਕੀਤੀ ਹੋਈ ਸੀ ਮਲਾਈ ਇਹਨੂੰ ਹੁਣ ਮੈਂ ਨਾ ਸਰਦੀਆਂ ਹੈ ਨਾ ਤੇ ਜੰਮੀ ਹੋਈ ਹੈ ਇਹਨੂੰ ਥੋੜ੍ਹੀ ਦੇਰ ਵਾਸਤੇ ਇਹਨੂੰ ਥੋੜ੍ਹੀ ਜਿਹੀ ਮੈਂ ਗਰਮ ਕਰਾਂਗੀ ਗਰਮ ਕਰਕੇ ਕਿਉਂਕਿ ਠੰਡੀ ਨੂੰ ਖੱਟਾ ਨਹੀਂ ਨਾ ਲਾਈਦਾ ਅਤੇ ਗਰਮ ਨੂੰ ਗਰਮ ਕਰਕੇ ਫਿਰ ਮੈਂ ਇਹਨੂੰ ਖੱਟਾ ਲਾਵਾਂਗੀ ਖੱਟਾ ਲਾ ਕੇ ਫਿਰ ਦੇਖਣਾ ਦਹੀਂ ਜੰਮ ਜਾਏਗੀ ਉਸ ਤੋਂ ਬਾਅਦ ਫਿਰ ਮੈਂ ਇਹਦਾ ਮੱਖਣ ਬਣਾਵਾਂਗੀ ਇਹਦਾ ਹੁਣ ਮੈਂ ਗਰਮ ਕਰਕੇ ਅਤੇ ਇਹਨੂੰ ਲਾਵਾਂਗੀ ਖੱਟਾ ਫਿਰ ਇਹਦਾ ਬਣਾਵਾਂਗੀ ਮੱਖਣ ਦਹੀਂ ਜੰਮ ਜਾਏਗਾ ਅਤੇ ਮੱਖਣ ਦੋ ਤਿੰਨ ਘੰਟੇ ਨੂੰ ਇੰਝ ਹੀ ਰੱਖਾਂਗੀ ਮੱਖਣ ਤੋਂ ਬਾਅਦ ਫਿਰ ਇਹਦਾ ਦੇਸੀ ਘਿਓ ਬਣਾਵਾਂਗੇ ਅਤੇ ਤੁਸੀਂ ਵੇਖਦੇ ਹੀ ਜਾਇਆ ਜੇ ਰਲਾ ਕੇ ਅਤੇ ਇਹਨੂੰ ਥੋੜ੍ਹਾ ਗਰਮ ਕਰਨਾ ਗਰਮ ਹੋ ਕੇ ਫਿਰ ਇਹਨੂੰ ਖੱਟਾ ਲੱਗੇਗਾ ਨਾ ਥੋੜ੍ਹਾ ਲਾਵਾਂਗੀ ਕਿਉਂਕਿ ਸਰਦੀਆਂ ਹੈ ਨਾ ਮਲਾਈ ਜਿਹੜੀ ਇਹਨੂੰ ਥੋੜ੍ਹੀ ਕੋਸੀ ਹੋ ਜਾਏ ਗਰਮ ਹੋ ਜਾਏ ਫਿਰ ਇਹਨੂੰ ਖੱਟਾ ਲਾ ਕੇ ਦੋ ਤਿੰਨ ਘੰਟੇ ਵਾਸਤੇ ਰੱਖ ਦੇਵਾਂਗੀ ਨਾ ਮਲਾਈ ਗਰਮ ਹੋ ਗਈ ਤਕਰੀਬਨ ਇਹਨੂੰ ਇਸ ਤਰ੍ਹਾਂ ਗਰਮ ਕਰਨਾ ਹੈ ਕਿ ਇਹ ਇਸ ਤਰ੍ਹਾਂ ਉਂਗਲੀ ਪਾਓ ਨਾ ਅਤੇ ਤੁਹਾਨੂੰ ਮਹਿਸੂਸ ਨਾ ਹੋਵੇ ਯਾਨੀ ਉਂਗਲੀ ਜਿਹੜੀ ਨਾ ਥੋੜ੍ਹੀ ਗਰਮ ਹੋ ਜਾਵੇ ਬਸ ਇੰਨਾ ਗਰਮ ਕਰਨਾ ਹੁਣ ਮੈਂ ਦੋ ਤਿੰਨ ਚਮਚ ਲਈ ਦਹੀਂ ਇਹ ਵੇਖੋ ਇਹਨੂੰ ਇਸ ਤਰ੍ਹਾਂ ਮੈਲਟ ਕਰਕੇ ਅਤੇ ਹੁਣ ਇਹਨੂੰ ਇਸ ਤਰ੍ਹਾਂ ਮੈਂ ਨਾ ਇੱਕ ਦੋ ਸਾਰਾ ਚਮਚ ਜਿਹੜੇ ਨਾ ਮੈਂ ਨਾ ਦਹੀਂ ਦੇ ਇਹਦੇ ਵਿੱਚ ਪਾ ਦਿੱਤੇ ਠੀਕ ਚਲੋ ਜੀ ਉਹਨਾਂ ਨੂੰ ਖੱਟਾ ਲੱਗ ਗਿਆ ਮਲਾਈ ਨੂੰ ਇਹਨੂੰ ਦੋ ਤਿੰਨ ਘੰਟੇ ਵਾਸਤੇ ਮੈਂ ਨਾ ਇਹ ਕੱਪੜੇ ਦੇ ਵਿੱਚ ਇਸ ਤਰ੍ਹਾਂ ਕਰਕੇ ਸਰਦੀ ਹੈ ਨਾ ਅਤੇ ਇਹਨੂੰ ਹੁਣ ਮੈਂ ਨਾ ਇਸ ਤਰ੍ਹਾਂ ਕਰਨਾ ਤਾਂ ਕਿ ਇਹਨੂੰ ਅੱਛੀ ਤਰ੍ਹਾਂ ਗਰਮਾਈ ਰਵੇ ਦੋ ਤਿੰਨ ਘੰਟੇ ਇੰਝ ਹੀ ਰੱਖਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਇਹਦਾ ਮੱਖਣ ਬਣੇਗਾ ਠੀਕ ਹੈ ਇਹ ਲਓ ਇੱਕ ਸਾਈਡ 'ਤੇ ਉਹਨਾਂ ਨੂੰ ਮੈਂ ਰੱਖ ਦਿੱਤਾ ਤਿੰਨ ਚਾਰ ਘੰਟੇ ਬਾਅਦ ਹੁਣ ਇਹ ਵੇਖ ਲਓ ਮਲਾਈ ਜੰਮੀ ਆਈ ਤੁਹਾਨੂੰ ਕੱਢ ਕੇ ਖਾਵਾਂ ਇਹ ਵੇਖੋ ਬਿਸਮਿਲ ਮਲਾਈ ਜਿਹੜੀ ਨਾ ਦਹੀਂ ਜੰਮ ਗਿਆ ਹੁਣ ਅਸੀਂ ਇਹਦਾ ਨਾ ਮੱਖਣ ਬਣਾਉਣਾ ਮੱਖਣ ਕਿਹੋ ਬਣਾਉਣਾ ਤੁਹਾਨੂੰ ਦੱਸਾਂ ਮੈਂ ਤਾਂ ਇਸ ਤਰ੍ਹਾਂ ਬਣਾਉਣੀ ਹੈ ਜਦ ਪਾ ਕੇ ਨਾ ਜੂਸਰ ਇਸ ਤਰ੍ਹਾਂ ਬਿਸਮਿਲ ਇਹਦੇ ਚਾਲੀ ਪਾਣੀ ਨਹੀਂ ਪਾਉਣਾ ਬਗੈਰ ਪਾਣੀ ਤੋਂ ਇਹਨੂੰ ਇੱਕ ਦਫਾ ਨਾ ਇਹਨੂੰ ਮੈਂ ਕਰਨ ਲੱਗੀ ਹਾਂ ਗ੍ਰੈਂਡ ਬਸ ਥੋੜ੍ਹਾ ਜਿਹਾ ਘੁਮਾ ਇਹ ਲੋ ਮੈਂ ਥੋੜ੍ਹਾ ਜਿਹਾ ਨਾ ਗ੍ਰੈਂਡ ਕਰਨ ਲੱਗੀ ਹਾਂ ਬਸ ਇਹਦੇ 'ਚ ਹੁਣ ਪਾਣੀ ਪਾਉਣਾ ਇਹ ਲੋ ਤਕਰੀਬਨ ਇੱਕ ਗਲਾਸ ਪਾਣੀ ਪਾ ਲਓ ਉਹਦੇ 'ਚ ਠੀਕ ਹੈ ਤਾਜ਼ਾ ਪਾਣੀ ਮਾਸ਼ਾਅੱਲਾ ਮੱਖਣ ਬਣ ਗਿਆ ਲੱਸੀ ਹੈ ਮੱਖਣ ਇਹਨੂੰ ਹੁਣ ਮੈਂ ਕੱਢਾਂਗੀ ਲੱਸੀ ਅਲੱਗ ਕਰ ਦਿੱਤੀ ਹੈ ਮੱਖਣ ਜਿਹੜਾ ਹੈ ਨਾ ਇਹ ਵੇਖੋ ਇਹਨੂੰ ਮੈਂ ਕੜਾਹੀ 'ਚ ਨਾ ਅਲੱਗ ਇਹਨੂੰ ਮੈਂ ਰੱਖ ਦਿੰਦੀ ਹਾਂ ਨਾਲੇ ਮਾਸ਼ਾਅੱਲਾ ਲੱਸੀ ਥੱਲੇ
ਤੇ ਮੱਖਣ ਆ ਗਿਆ ਉੱਤੇ ਮਾਸ਼ਾਅੱਲਾ ਮੈਂ ਜਦੋਂ ਵੀ ਕੱਢਾਂ ਇਸੇ ਤਰ੍ਹਾਂ ਮੱਖਣ ਕੱਢ ਕੇ ਤੇ ਮੈਂ ਫਿਰ ਬਣਾ ਲੈਂਦੀ ਦੇਸੀ ਘੀ ਮਾਸ਼ਾਅੱਲਾ ਇਸੇ ਤਰ੍ਹਾਂ ਕੜਾਈ 'ਚ ਨਾ ਆਹਿਸਤਾ ਆਹਿਸਤਾ ਹਲਕੀ ਅੱਗ 'ਤੇ ਰੱਖ ਕੇ ਇਹ ਵੇਖੋ ਨਾ ਮਾਸ਼ਾਅੱਲਾ ਹੁਣ ਮੈਂ ਮੱਖਣ ਕੱਢ ਲਿਆ ਨਾ ਅਤੇ ਹੁਣ ਲੱਸੀ ਅਲੱਗ ਹੋ ਗਈ ਲੱਸੀ ਅਲੱਗ ਹੋ ਗਈ ਹੈ ਅਤੇ ਮੱਖਣ ਅਲੱਗ ਹੋ ਗਿਆ ਠੀਕ ਹੈ ਇਹ ਹੁਣ ਜਿੰਨਾ ਵੀ ਹੈ ਮਾਸ਼ਾਅੱਲਾ ਮਲਾਈ ਹੈ ਨਾ ਜਿੰਨੀ ਮਲਾਈ ਹੈ ਇਹ ਸਾਰੀ ਮੈਂ ਇਸੇ ਤਰ੍ਹਾਂ ਲੈਣੀ ਹੈ ਸਾਰੇ ਮੈਂ ਇੰਝ ਗ੍ਰੈਂਡ ਕਰਕੇ ਕੱਢੂੰਗੀ ਮੱਖਣ ਇੰਝ ਬਣਾਵਾਂਗੀ ਮਾਸ਼ਾਅੱਲਾ ਮੈਂ ਹਮੇਸ਼ਾ ਇਸੇ ਤਰ੍ਹਾਂ ਹੀ ਕਰਦੀ ਹੈਲੋ ਮੈਂ ਨਾ ਮੱਖਣ ਵੇਲੋ ਕੱਢ ਲਿਆ ਹੁਣ ਸਾਰਾ ਨਾਲੋ ਨਾਲ ਮੈਂ ਨਾ ਕੜਾਹੀ 'ਚ ਪਾ ਕੇ ਅਤੇ ਹਲਕੀ ਆਂਚ 'ਤੇ ਰੱਖ ਦਿੱਤਾ ਇਹ ਬੰਦ ਪੱਕ ਪੱਕ ਕੇ ਘਿਓ ਬੰਦੇ ਤਿਆਰ ਹੈਗਾ ਲਓ ਜੀ ਮੱਖਣ ਤਿਆਰ ਇਹ ਲੱਸੀ ਹੈ ਲੱਸੀ ਸਾਈਡ 'ਤੇ ਕਰ ਲਈ ਹੈ ਲੱਸੀ ਜਿਹੜੀ ਹੈ ਨਾ ਮੈਂ ਸੁੱਟਣੀ ਨਹੀਂ ਇਹਨੂੰ ਮਹਿਫੂਜ਼ ਕਰਕੇ ਰਾਰ ਲਾਂਗੀ ਅਤੇ ਨਾ ਇਹਦੀ ਬਣਾਵਾਂਗੇ ਕੜੀ ਠੀਕ ਹੈ ਜ਼ਾਇਆ ਨਹੀਂ ਕਰਨੀ ਹੈਲੋ ਜੀ ਘੀ ਤਿਆਰ ਹੋ ਗਿਆ ਇਹ ਨਾ ਠੰਡਾ ਵੀ ਹੋ ਗਿਆ ਵੇਖੋ ਮੈਂ ਹੱਥ ਲਾਉਂਦੀ ਪਈ ਇਹਨੂੰ ਠੰਡਾ ਹੋ ਕੇ ਉਹ ਸਾਰਾ ਥੱਲੇ ਜੰਮ ਗਿਆ ਬਾਕੀ ਜਿਹੜਾ ਘੀ ਹੈ ਨਾ ਉਹ ਮੈਂ ਇਹ ਵੇਖੋ ਪੂਨੀ ਨਾਲ ਪੂਨ ਕੇ ਮਾਸ਼ਾਅੱਲਾ ਇਹ ਲਓ ਇਹਦਾ ਕਲਰ ਵੇਖ ਲਓ ਸਹੀ ਹੈ ਉਹ ਜਿਹੜੀ ਸਾਰੀ ਝੱਗ ਝੁੱਗ ਥੱਲੇ ਬਹਿ ਗਈ ਉਹ ਥੱਲੇ ਸੜ ਸੁੜ ਗਈ ਅਤੇ ਇਹ ਘਿਓ ਨਿਕਲਿਆ ਜੇ ਤਕਰੀਬਨ ਕਿਲੋ ਸਵਾ ਕਿਲੋ ਘਿਓ ਹੋਏਗਾ ਇਹ ਲਓ ਇਹ ਜੀ ਤਰੀਕਾ ਮੇਰਾ ਘਿਓ ਕੱਢਣ ਦਾ ਅਤੇ ਮੱਖਣ ਬਣਾਉਣ ਦਾ ਅਤੇ ਮਲਾਈ 'ਚੋਂ ਇਹ ਘਿਓ ਨਿਕਲਿਆ